ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਵੱਧਦੀ ਜਾਣ ਰਹੀ ਆ, ਇਹ ਵਿਸ਼ੇ ਉੱਤੇ ਗੱਲ ਕਰਨੀ ਕਿ ਆਪਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ। ਅੱਜ ਮੇਰੇ ਲੋਕੇਸ਼ਨ ਦੇ ਹਿਸਾਬ ਨਾਲ 41 ਡਿਗਰੀ ਟੈਂਪਰੇਚਰ ਹੀ ਆ, ਅਤੇ 41 ਜਿਹੜਾ ਰੁੱਖ ਦੇ ਥੱਲੇ ਤੁਸੀਂ ਆਣ ਕੇ ਬਹਿੰਦੇ ਆ, ਅਤੇ ਆਪਣਾ ਜੇ ਧੁੱਪੇ 41 ਡਿਗਰੀ ਆ, ਅਤੇ ਰੁੱਖ ਦੀ ਛਾਂ ਦੇ ਥੱਲੇ ਰਹਿ ਜਾਂਦਾ ਆਪਣਾ 35-36 ਰਹਿ ਜਾਂਦਾ। ਵੇਖੋ ਵੀ ਕਿੰਨਾ ਫਰਕ ਵਾ। ਹੁਣ ਆ ਜਾਮਣੂ ਦਾ ਰੁੱਖ ਵਾ, ਜਾਮਣੂ ਦੇ ਰੁੱਖ ਦੀ ਛਾਂ ਵੇਖੋ ਕਿੱਡੀ ਸੰਘਣੀ ਆ। ਆਪਾਂ ਇਹ ਜਿਹੜੇ ਆ ਰੁੱਖ 3-4 ਆ, ਇਹ ਬਹੁਤ ਢੀਠ ਰੁੱਖ ਵਾ। ਇੱਕ ਜਾਮਣੂ ਹੋ ਗਿਆ, ਇੱਕ ਹੋ ਗਿਆ ਪਿੱਪਲ, ਇੱਕ ਹੋ ਗਿਆ ਬੋੜ, ਇੱਕ ਹੋ ਗਿਆ ਆਪਣਾ ਦੂਜਾ ਪਿਲਕਣ। ਇਹ ਆਮ ਜਿਹੜੇ ਰੁੱਖ ਆ, ਜਿਹੜੇ ਢੀਠ ਰੁੱਖ ਆ, ਜਿਹੜੇ ਆਪਾਂ ਨੂੰ ਮਾੜੇ ਮੋਟੇ ਵੀ ਸਲਾਬ ਦੇ ਵਿੱਚ ਆਪਾਂ ਜਿਹਨਾਂ ਦੀ ਟਾਹਣੀ ਵੀ ਗੱਡ ਦਿੰਦੇ ਹਾਂ, ਤੇ ਇਹ ਜਿਹੜੇ ਰੁੱਖ ਵਾ ਇਹ ਹਰੇ ਹੋ ਜਾਂਦੇ ਆ। ਅੱਜ ਕੱਲ੍ਹ ਇਹ ਰੁੱਖ ਹੋ ਸਕਦੇ ਆ। ਬਾਕੀ ਜਿਹੜਾ ਰੁੱਖ ਵਾ ਆਪਣਾ, ਜਦੋਂ ਮੀਂਹ ਪੈਣੇ ਸ਼ੁਰੂ ਹੋ ਗਏ ਥੋੜ੍ਹੇ ਜਿਹੇ, ਉਦੋਂ ਲੱਗਣੇ ਆ। ਤੇ ਵੱਧ ਤੋਂ ਵੱਧ ਮੇਰੇ ਵੀਰ ਹਰ ਇੱਕ ਰੁੱਖ ਲਗਾਓ। ਇੱਕ ਹੁਣ ਆਪਣਾ ਤੁਸੀਂ ਜਿੰਨੇ ਮਰਜ਼ੀ ਰੁੱਖ ਲਾਉਂਦੇ, ਜਿਹੜਾ ਪਿੱਪਲ ਆ ਤੇ ਬੋੜ ਵਾ, ਉਹ ਵੀ ਆਪਣੇ ਇਲਾਕਿਆਂ ਦੇ ਵਿੱਚ ਅਲੋਪ ਹੋ ਚੱਲੇ ਆ। ਹੁਣ ਵੱਡੇ ਰੁੱਖਾਂ ਦੇ ਮਹੱਤਵ ਵੀ ਬਹੁਤ ਜ਼ਿਆਦਾ ਆ। ਹੁਣ ਵੱਡੇ ਰੁੱਖਾਂ ਦੇ ਉੱਤੇ ਜਦੋਂ ਸਮਝ ਲਓ ਵੀ ਆਪਣੇ ਵੱਡੇ ਜਾਨਵਰ ਰਹਿੰਦੇ ਆ, ਉੱਲੂ ਰਹਿੰਦੇ ਆ, ਹੋਰ ਵੱਡੇ ਵੱਡੇ ਜਾਨਵਰ ਰਹਿੰਦੇ ਆ, ਜਿਹਦੇ ਨਾਲ ਆਪਣੇ ਕਿਸਾਨਾਂ ਨੂੰ ਇੱਕ ਹੋਰ ਫਾਇਦੇ ਹੁੰਦੇ ਆ ਵੀ ਚੂਹੇ ਚਾਹੇ ਖਤਮ ਹੁੰਦੇ ਆ। ਜਦੋਂ ਵੱਡੇ ਰੁੱਖ 'ਤੇ ਉੱਲੂ ਬਹਿੰਦਾ ਵਾ, ਚੂਹੇ ਖਾਂਦਾ ਵਾ, ਇੱਦਾਂ ਇਹ ਫਸਲੀ ਚੱਕਰ ਜਿਹਾ ਬਣਿਆ ਹੁੰਦਾ ਵਾ। ਹੁਣ ਆਪਣੇ ਕਿਸੇ ਵੀ ਇਲਾਕੇ ਦੇ ਵਿੱਚ ਬਹੁਤ ਘੱਟ ਇੱਕ ਤੂਤ ਦੇ ਰੁੱਖ ਜਿਹੜੇ ਆ, ਆਪਣੇ ਆਮ ਹੀ ਅੱਗੇ ਘਰਾਂ ਦੇ ਵਿੱਚ ਤੂਤ ਦੇ ਰੁੱਖ ਹੁੰਦੇ। ਹੁਣ ਤੂਤਾਂ ਦੇ ਰੁੱਖ ਖਤਮ ਹੋ ਗਏ ਆ। ਹੁਣ ਆਪਣੇ ਕਿਤੇ ਪਹਿਲਾਂ ਜਦੋਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਵੀ ਤੂਤਾਂ ਵਾਲੀ ਛਾਂ, ਹੁਣ ਤੁਸੀਂ ਆਮ ਵੇਖ ਲਿਓ ਵੀ ਕਿਸੇ ਵਿਰਲੀ ਮੋਟਰ 'ਤੇ ਹੀ ਤੂਤ ਦਾ ਰੁੱਖ ਰਹਿ ਗਿਆ। ਤੂਤ ਦੀ ਰੁੱਖ ਜਿਹੜਾ ਸੀ ਉਹ ਸਭ ਤੋਂ ਜ਼ਿਆਦੀ ਤੇ ਸੰਘਣੀ ਛਾਂ ਕਰਦਾ ਹੁੰਦਾ ਸੀ। ਹੁਣ ਬੋੜ ਆ, ਬੋੜ ਆਪਣੇ ਕਿਤੇ ਹੀ ਕਿਸੇ ਪਿੰਡ ਦੇ ਵਿੱਚ ਹੀ ਰਹਿ ਗਿਆ। ਆਮ ਜਿਹੜੇ ਵੱਡੇ ਵੱਡੇ ਬੋੜ ਆ ਆਪਾਂ ਵੱਢ ਦਿੱਤੇ। ਹੁਣ ਤੁਹਾਨੂੰ ਮੈਂ ਥੱਲੇ 2 ਫੋਟੋਆਂ ਵੀ ਵੀਡੀਓ ਦੇ ਵਿੱਚ ਦਿਖਾਊਂਗਾ ਵੀ ਜੇ ਆਪਾਂ ਰੁੱਖ ਇਸ ਹਿਸਾਬ ਨਾਲ ਵੱਢਦੇ ਰਹੇ ਤੇ ਆਪਣੇ ਆਉਣ ਵਾਲੀ ਪੀੜ੍ਹੀ ਅਤੇ ਆਪਣੇ ਜਿਹੜਾ ਜੋ ਵੀ ਆ ਵਾਤਾਵਰਨ ਦੇ ਉੱਤੇ ਕੀ ਅਸਰ ਪਊਗਾ। ਇਸ ਕਰਕੇ ਮੇਰੇ ਵੀ ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਵਾਏ ਜਾਂਦੇ ਆਪਦੀਆਂ ਮੋਟਰਾਂ 'ਤੇ, ਜਿੱਦਾਂ ਕੋਈ ਪਹੀਆਂ ਬੱਧੀਆਂ ਵਾ ਆਪਾਂ ਜਾਂ ਬੰਨ ਬੱਧੇ ਆ, ਬੰਨਾਂ ਦੇ ਉੱਤੇ ਰੁੱਖ ਲਗਾ ਦਿਉ। ਉੱਥੇ ਥਾਂ 'ਤੇ ਫ੍ਰੀ ਪਿਆ ਹੀ ਹੁੰਦਾ ਵਾ, ਆਪਾਂ ਨੂੰ ਰੁੱਖਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ। ਹੁਣ ਸਾਡੇ ਮੰਡ ਦੇ ਵਿੱਚ ਵੇਖੋ ਅਸੀਂ ਬੰਨ ਭਾਵੇਂ ਮਾਰੇ ਆ, ਅਤੇ ਬੰਨਾਂ ਦੇ ਉੱਤੇ ਅਸੀਂ ਦੋਵੇਂ ਬੰਨੇ ਸਾਈਡਾਂ 'ਤੇ ਪਪੂਲਰਾਂ ਦੇ ਰੁੱਖ ਲਾਏ ਆ। ਹੁਣ ਪਪੂਲਰਾਂ ਦੇ ਰੁੱਖਾਂ ਨਾਲੇ ਤਾਂ ਆਪਾਂ ਨੂੰ ਛਾਂ ਕਰਦੇ ਆ, ਨਾਲੇ ਆਪਾਂ ਨੂੰ ਬਾਲਣ ਦੇ ਕੰਮ ਆਉਂਦੇ ਆ। ਜੇ ਜੋ ਆਪਾਂ ਇਹ ਲੱਕੜ ਵਢਾਉਣੀ ਆ, ਇਹਦੇ ਨਾਲ ਦੇ ਨਾਲ ਹੀ ਆਪਾਂ ਪ੍ਰਣ ਕਰੋ ਵੀ ਜੇ ਆਪਾਂ 200 ਬੂਟਾ ਵਢਾਇਆ ਵਾ ਤਾਂ 200 ਹੀ ਹੋਰ ਲਾਉਣ ਦਾ। ਜੇ ਆਪਾਂ ਹੁਣ ਕਰਦੇ ਕੀ ਆ, ਬੂਟੇ ਵਢਾਈ ਜਾਂਦੇ। ਹੁਣ ਮੈਂ ਨਾ ਕੱਲ੍ਹ ਰੋਡ ਦੇ ਉੱਤੇ ਰੂਪਨਗਰ ਵਾਲੀ ਸਾਈਡ 'ਤੇ ਗਿਆ ਸੀ, ਉੱਧਰਲੀ ਸਾਈਡ ਮੈਂ ਵੇਖਿਆ ਵੀ ਆਪਣੇ ਨਾ ਆਪਣੇ ਇਲਾਕਿਆਂ ਨਾਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁੱਖ ਉੱਧਰਲੇ ਬੰਨੇ ਵੱਧ ਵਾ। ਹੁਣ ਜਿੱਥੇ ਰੁੱਖ ਵੱਧ ਹੋਣਗੇ ਉੱਥੇ ਬਾਰਿਸ਼ ਵੀ ਆਊਗੀ, ਉੱਥੇ ਵਾਤਾਵਰਨ ਵੀ ਸਾਫ਼ ਰਹੂਗਾ, ਜਿਹੜੀ ਆ ਗਰਮੀ ਵੀ ਘੱਟ ਪਊਗੀ। ਹੁਣ ਜਿੱਥੇ ਜ਼ਿਆਦਾ, ਹੁਣ ਰਾਜਸਥਾਨ ਵਾਲੀ ਸਾਈਡ ਚਲ ਜਾਓ ਤੁਸੀਂ, ਜੇ ਰੁੱਖ ਘੱਟ ਵਾ ਤਾਂ ਉੱਥੇ ਗਰਮੀ ਵੀ ਕਿੰਨੀ ਜ਼ਿਆਦਾ ਆ। ਇਸ ਕਰਕੇ ਮੇਰੇ ਵੀਰ ਆਪਾਂ ਜਿੰਨੇ ਹੀ ਰੁੱਖ ਲਗਾਏ ਜਾਣ ਉਹਨਾਂ ਰੁੱਖ ਲਗਾਈਏ। ਜੇ ਆਪਾਂ ਰੁੱਖਾਂ ਦੀ ਗਿਣਤੀ ਘੱਟ ਗਈ ਤਾਂ ਆਪਣੇ ਆਉਣ ਵਾਲੇ ਸਮੇਂ ਬਹੁਤ ਭਿਆਨਕ ਹੋ ਜਾਣਗੇ। ਆਪਣੀਆਂ ਪੀੜ੍ਹੀਆਂ ਨੂੰ ਜਿਹੜੀ ਆ ਗਰਮੀ ਜਿਹੜੀ ਆ, ਹੁਣ ਆਪਾਂ ਏਸੀਆਂ ਦੇ ਲੜਨ ਲੱਗ ਗਏ ਹਾਂ। ਜਿਹੜਾ ਹੁਣ ਮਜ਼ਾ, ਹੁਣ ਜਿਸ ਤਰ੍ਹਾਂ ਆਪਾਂ ਖੇਤੀਬਾੜੀ ਕਰਦੇ ਹਾਂ, ਖੇਤੀਬਾੜੀ ਵਾਲਾ ਕਿਸਾਨ ਜਾਂ ਮਜ਼ਦੂਰ ਵਾ, ਹੁਣ ਚੱਤੋ ਪੈਰ ਅਤੇ ਏਸੀ ਜਿਹੜਾ ਵਾ ਨਾਲ ਲੈ ਕੇ ਨਹੀਂ ਬਹਿ ਸਕਦਾ। ਇਸੇ ਕਰਕੇ ਉਹਨੇ ਬਾਹਰ ਕੰਮ ਵੀ ਕਰਨਾ ਵਾ। ਹੁਣ ਜਦੋਂ ਉਹਨੇ ਕੰਮ ਕਰਨਾ ਤਾਂ ਮੋਟਰਾਂ ਦੀ ਛਾਵੇਂ ਬਹਿਣਾ ਵਾ, ਮੋਟਰਾਂ 'ਤੇ ਬਹਿਣਾ, ਮੋਟਰਾਂ ਦੇ ਜਿਹੜੇ ਰੁੱਖ ਲੱਗੇ ਉਹਨਾਂ ਦੀ ਛਾਵੇਂ ਬਹਿਣਾ। ਹੁਣ ਤੁਸੀਂ ਵੇਖੋ ਜਾਮਣੂ ਆ, ਜਾਮਣੂ ਦੀ ਰੁੱਖ ਦੀ ਛਾਂ ਵੇਖੋ ਕਿੱਡੀ ਵਧੀਆ ਵਾ। ਹੁਣ ਜੇ ਇੱਥੇ ਆਪਾਂ ਬਵਾਂਗੇ, ਚਲੋ ਦੁਪਹਿਰੇ ਘੜੀ ਸਾਹ ਵੀ ਲੈ ਲਾਂਗੇ, ਤਾਂ ਕਿੱਡਾ ਵਧੀਆ ਵਾ, ਨਾਲੇ ਠੰਡੀ ਸਾਹ ਵਾ, ਨਾਲੇ ਆਪਾਂ ਆਪਦੀ ਖੇਤ ਦੇ ਵਿੱਚ ਹਰ ਵਕਤ 'ਤੇ ਆਪਾਂ ਦੂਜਾ ਮਾਰਾ ਏਸੀ ਨਾਲ ਲੈ ਕੇ ਨਹੀਂ ਬਹਿ ਸਕਦੇ। ਕਿੰਨੇ ਕੰਮ ਜਿਹੜੇ ਏਸੀਆਂ ਤੋਂ ਬਿਨਾਂ, ਆਪਾਂ ਨੂੰ ਜਿੰਨੇ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਮੇਰੇ ਵੀਰ, ਲਗਾਓ।
ਰੁੱਖ ਤੋਂ ਕੋਈ ਵੀ ਹਰ ਇੱਕ ਬੰਦਾ ਇਹ ਪ੍ਰਣ ਕਰੋ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ 100-200 ਰੁੱਖ ਲਾਵਾਂ, 100-200 ਨੇਚਰ ਆਉਂਦਾ ਵਾ। ਅਤੇ ਜੇ ਆਪਣੇ ਰੁੱਖ ਘੱਟਦੇ ਆ ਤਾਂ ਆਪਾਂ ਨੂੰ ਤਾਂ ਹੀ ਇਸ ਚੀਜ਼ ਦੀ ਦਿੱਕਤ ਆਉਣ ਲਈ, ਜਿੰਨਾ ਹੀ ਵਾਤਾਵਰਨ ਆਪਣੇ ਅਨੁਕੂਲ ਰਹੂਗਾ ਤਾਂ ਆਪਾਂ ਨੂੰ ਗਰਮੀ ਜਿਹੜੀ ਆ ਉਹ ਆਪਾਂ ਨੂੰ ਰਾਹਤ ਮਿਲ ਸਕਦੀ ਆ। ਹੁਣ ਵੇਖੋ ਕਈ ਜਾਨਵਰ ਅਲੋਪ ਹੋ ਗਏ ਆ ਕਿਉਂਕਿ ਉਹਨਾਂ ਨੂੰ ਉਹ ਰੁੱਖ ਹੀ ਨਹੀਂ ਮਿਲ ਸਕੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਆਲ੍ਹਣੇ ਬਣਨੇ ਸੀ। ਹੁਣ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸੀ ਅਤੇ ਜਿਹੜੀ ਉਹ ਲਾਲੜੀ ਹੁੰਦੀ ਸੀ ਉਹ ਵਿੱਚ ਖੁੱਡ ਮਾਰ ਕੇ ਅਤੇ ਉਹਦੇ ਵਿੱਚੋਂ ਦੂਜਾ ਮਾਰਾ ਆਪਦੇ ਆਂਡੇ ਦਿੰਦੀ ਹੁੰਦੀ ਬੱਚੇ। ਹੁਣ ਪੱਕੀਆਂ ਕੰਧਾਂ ਹੋ ਗਈਆਂ, ਉਹ ਵੀ ਆਪਾਂ ਖਤਮ ਕਰਤਾ ਲਾਲੜੀ। ਹੁਣ ਚਿੜੀਆਂ ਆਪਾਂ ਆ ਦਿੰਦੇ ਹਾਂ, ਚਿੜੀਆਂ ਜਿਹੜੀਆਂ ਵਾ ਉਹਨਾਂ ਨੂੰ ਜੰਗਲ ਜਿਹੜਾ ਨਹੀਂ ਮਿਲ ਰਿਹਾ ਅਤੇ ਜੰਗਲ ਦਾ ਕਰਕੇ ਉਹਨਾਂ ਦੇ ਆਲ੍ਹਣੇ ਵੀ ਬਣਦੇ। ਆਪਾਂ ਜਿੰਨੇ ਮਰਜ਼ੀ ਰੈਡੀਮੇਡ ਆਲ੍ਹਣੇ ਲਾਈ ਜਾਈਏ, ਸਭ ਤੋਂ ਵੱਡਾ ਉਪਰਾਲਾ ਕਰੋ ਵੀ ਰੁੱਖ ਲਾਈਏ। ਜੇ ਆਪਾਂ ਰੈਡੀਮੇਡ, ਕਿਉਂਕਿ ਜਾਨਵਰ ਨੇ ਆਪਦੀ ਸੇਫਟੀ ਵੇਖਣੀ ਹੁੰਦੀ ਆ, ਜਿੱਥੇ ਉਹਨੂੰ ਲੱਗਦਾ ਵਾ ਵੀ ਮੈਂ ਇੱਥੇ ਆਲ੍ਹਣਾ, ਮੇਰੇ ਬੱਚੇ ਜਿਹੜੇ ਆ ਉਹ ਸਹੀ ਰਹਿਣਗੇ, ਉਹਨੇ ਉਸ ਹਿਸਾਬ ਨਾਲ ਹੀ ਆਲ੍ਹਣਾ ਪਾਉਣਾ ਹੁੰਦਾ। ਹੁਣ ਆਪਾਂ ਪਹਿਲਾਂ ਜਦੋਂ ਨਿੱਕੇ ਨਿੱਕੇ ਹੁੰਦੇ ਆਪਾਂ ਵੇਖਦੇ ਹੁੰਦੇ ਉਹ ਜਿਹੜੇ ਲੰਮੇ ਆਲ੍ਹਣੇ ਹੁੰਦੇ ਥੱਲੇ ਮੂੰਹ ਲੰਮਾ, ਬਿਜੜੇ ਦੇ ਆਲ੍ਹਣੇ, ਕਿਹਦੇ ਆਲ੍ਹਣੇ ਹੁੰਦੇ ਜੀ, ਉਹ ਕਿੰਨੇ ਜ਼ਿਆਦਾ ਹੁੰਦੇ ਜੀ। ਹੁਣ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਵੇਖੋ ਵੀ ਆਪਣੀ ਉਮਰ ਜਿਹੜੀ ਆ, ਜੇ ਇਹ ਵੱਧ ਤੋਂ ਵੱਧ 30-35 ਸਾਲ ਉਮਰ ਹੋਈ ਆ, 30-35 ਸਾਲਾਂ ਦੇ ਵਿੱਚ ਉਹ ਆਪਾਂ ਨੂੰ ਆਲ੍ਹਣੇ ਦਿਖਣੋਂ ਅਲੋਪ ਹੋ ਗਿਆ। ਕਿਉਂਕਿ ਆਪਾਂ ਉਹਨਾਂ ਦੇ ਹਿਸਾਬ ਅਨੁਕੂਲ ਹਿਸਾਬ ਕੋਈ ਆਪਾਂ ਨਾ ਰੁੱਖ ਰਹਿਣ ਦੇ ਆ, ਨਾ ਉਹਨਾਂ ਦੇ ਅਨੁਕੂਲ ਕੋਈ ਜ਼ਿੰਦਗੀ ਰਹਿਣ ਦੀ ਆ। ਇਸ ਕਰਕੇ ਮੇਰੇ ਵੀ ਜਿੰਨਾ ਹੀ ਵੱਧ ਤੋਂ ਵੱਧ ਜੰਗਲ ਲਗਾਇਆ ਜਾਂਦਾ ਵਾ, ਜਿੱਥੇ ਵੀ ਤੁਸੀਂ ਖੜ੍ਹੇ ਆ ਜਾਂ ਜਾਮ ਨੂੰ ਲਾਈ ਜਾਓ, ਜਿੰਨਾ ਵੀ ਜੰਗਲ ਜਿਹਾ ਬਣਾ ਕੇ ਰੱਖੋਗੇ ਉਨੇ ਉੱਥੇ ਜਾਨਵਰ ਵੱਧ ਆਉਣਗੇ। ਹੁਣ ਜਿਸ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਸੰਤ ਬਾਬਾ ਸੀਚੇਵਾਲ ਆ, ਇਹ ਰੁੱਖਾਂ ਦੀ ਸੇਵਾ ਕਰਦੇ ਆ, ਉਹ ਉਪਰਾਲਾ ਕਰਦੇ ਆ, ਉਹ ਹਿਸਾਬ ਲੈ ਲਓ ਸੁਲਤਾਨਪੁਰ ਵਈ ਦੇ ਉੱਤੇ ਕਿੰਨੇ ਜ਼ਿਆਦਾ ਰੁੱਖ ਲੱਗੇ ਆ। ਉੱਥੇ ਹੁਣ ਹਰ ਇੱਕ ਤਰ੍ਹਾਂ ਦਾ ਜਾਨਵਰ ਸ਼ਾਮ ਨੂੰ ਜਦੋਂ ਬੰਦੇ ਸੈਰ ਕਰਦੇ ਆ, ਦਿਨੇ ਸੈਰ ਕਰਦੇ ਆ, ਤੇ ਉਹ ਜਿਹੜਾ ਵਾ ਵਾਤਾਵਰਨ ਕਿੰਨਾ ਵਧੀਆ ਹੁੰਦਾ ਵਾ, ਆਪਾਂ ਨੂੰ ਵੀ ਚੰਗਾ ਲੱਗਦਾ ਵਾ। ਉੱਥੋਂ ਨਾਲੋਂ ਜਿਹੜਾ ਟੈਂਪਰੇਚਰ ਆ ਬਾਹਰ ਜਿਹੜਾ ਵਾ ਜ਼ਿਆਦਾ ਟੈਂਪਰੇਚਰ ਹੋਊਗਾ, ਹਮੇਸ਼ਾ ਰੁੱਖਾਂ ਦੇ ਥੱਲੇ ਜਿਹੜਾ ਟੈਂਪਰੇਚਰ ਸਹੀ ਹੁੰਦਾ ਵਾ। ਇਸ ਕਰਕੇ ਮੇਰੇ ਵੀਰ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਵੀ ਜਿੰਨੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਉਹ ਰੁੱਖ ਲਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।